ਪਿਆਰੇ ਵਿਦਿਆਰਥੀਓ ਸਤ ਸ੍ਰੀ ਅਕਾਲ ਅੱਜ ਆਪਾਂ ਇਸ ਵੀਡੀਓ ਵਿੱਚ ਜੋ ਤੁਹਾਡੇ ਜੁਲਾਈ ਮਹੀਨੇ ਵਿੱਚ ਟੈਸਟ ਹੋਣੇ ਹਨ ਉਸ ਦੀ ਡੇਟ ਸ਼ੀਟ ਸੰਬੰਧੀ ਗੱਲਬਾਤ ਕਰਾਂਗੇ ਇਹ ਡੇਟ ਸ਼ੀਟ ਸਿੱਖਿਆ ਭਾਗ ਪੰਜਾਬ ਦਫਤਰ ਡਾਇਰੈਕਟਰ ਐਸਆਰਟੀ ਪੰਜਾਬ ਵੱਲੋਂ ਅੱਜ ਜਾਰੀ ਕਰ ਦਿੱਤੀ ਗਈ ਹੈ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਪੱਤੀ ਸੰਜੀਦਾ ਰਹਿਣ ਤਾਂ ਉਹਨਾਂ ਨੇ ਹੁਣ ਤੱਕ ਕੀ ਪੜਿਆ ਹੈ ਉਸ ਦੀ ਜਾਣਕਾਰੀ ਮਿਲ ਸਕੇ ਤਾਂ ਉਹ ਆਪਣੇ ਵੈਲਿਊਏਸ਼ਨ ਬੱਚੇ ਕਰ ਸਕਣ ਵੀ ਹੁਣ ਤੱਕ ਉਹਨਾਂ ਨੇ ਕਿੰਨਾ ਸਿੱਖਿਆ ਹੈ ਤਾਂ ਬੱਚਿਓ ਪਹਿਲਾਂ ਆਪਾਂ ਇਸ ਡੇਟਸ਼ੀਟ ਬਾਰੇ ਗੱਲਬਾਤ ਕਰਦੇ ਹਾਂ ਵੀ ਕਲਾਸ ਅਨੁਸਾਰ ਜੇ ਡੇਟਸ਼ੀਟ ਕਿਸ ਤਰ੍ਹਾਂ ਹੈ ਤੁਸੀਂ ਇਸ ਡੇਟਸ਼ੀਟ ਨੂੰ ਆਪਣੀ ਕਾਪੀ ਦੇ ਨੋਟ ਵੀ ਕਰ ਸਕਦੇ ਹੋ ਜਾਂ ਤੁਸੀਂ ਇਸ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਤਾਂ ਬੱਚਿਓ ਇਹ ਸਾਡੇ ਕੋਲੇ ਤੁਹਾਡੀ ਸਕਰੀਨ ਤੇ ਡੇਟਸ਼ੀਟ ਹੈ ਜੋ 5 ਜੁਲਾਈ 2021 ਤੋਂ ਸ਼ੁਰੂ ਹੋ ਰਹੀ ਹੈ ਯਾਨੀ ਕਿ ਤੁਹਾਡੇ ਜੋ ਪੇਪਰ ਹੈ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੋ 5 ਜੁਲਾਈ 2021 ਤੋਂ ਦਿਨਸਾਵਾਰ ਤੋਂ ਸ਼ੁਰੂ ਹੋ ਰਹੇ ਹਨ ਬੱਚਿਓ ਇਹ ਪੇਪਰ ਤੁਹਾਡੇ ਆਨਲਾਈਨ ਗੂਗਲ ਫਾਰਮ ਦੇ ਰੂਪ ਵਿੱਚ ਹੀ ਹੋਣਗੇ ਤਾਂ ਜਿਸ ਤਰ੍ਹਾਂ ਜੋ ਪਹਿਲਾ ਪੇਪਰ ਹੈ 6ਵੀਂ class ਦੇ ਵਿਦਿਆਰਥੀਆਂ ਦਾ ਉਹ ਅੰਗਰੇਜ਼ੀ ਦਾ ਹੈ 7ਵੀਂ ਦਾ ਪੰਜਾਬੀ ਦਾ ਹੈ 8ਵੀਂ ਦਾ ਗਣਿਤ ਦਾ ਹੈ 9ਵੀਂ ਦਾ ਹਿੰਦੀ ਦਾ ਹੈ ਅਤੇ 10ਵੀਂ ਦਾ ਸਾਇੰਸ ਦਾ ਹੈ ਇਸ ਤਰ੍ਹਾਂ 6 ਜੁਲਾਈ 7 ਜੁਲਾਈ 8 ਜੁਲਾਈ 9 ਜੁਲਾਈ ਅੱਗੇ 12 ਜੁਲਾਈ ਤੇ ਅੱਗੇ ਅੱਗੇ ਜਿਹੜੀ ਡੇਟਸ਼ੀਟ ਹੈ ਇਹ ਹਰ ਦਿਨ ਤੁਸੀਂ ਆਪਣੀ ਕਲਾਸ ਨੂੰ ਸਾਰੇ ਇਸ ਨੂੰ ਕਾਪੀ ਤੇ ਜਰੂਰ ਨੋਟ ਕਰਨਾ ਤੇ ਇਸ ਅਨੁਸਾਰ ਜਿਹੜੀ ਆਪਣੀ ਆਹ ਤਿਆਰੀ ਵੀ ਜਰੂਰ ਕਰਨਾ ਤਾਂ ਬੱਚੋ ਤੁਸੀਂ ਇਸ ਨੂੰ ਨੋਟ ਕਰੋ ਆਪਾਂ ਅੱਗੇ ਦੇਖਦੇ ਹਾਂ 13 ਜੁਲਾਈ ਠੀਕ ਹੈ ਬੱਚਿਓ ਤਾਂ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਆਪਣੀ ਕਾਪੀ ਤੇ ਜਿਹੜੀ ਡੇਟਸ਼ੀਟ ਹੈ ਨੋਟ ਕਰ ਸਕਦੇ ਹੋ ਅੱਗੇ ਸਾਡੇ ਕੋਲ 14 ਜੁਲਾਈ 15 ਜੁਲਾਈ 16 ਜੁਲਾਈ ਜਾਨਕੀ ਬੱਚੇ ਜੋ ਪੇਪਰ ਹੋਣੇ ਹਨ ਉਹ ਸਾਡੇ 5 ਜੁਲਾਈ ਤੋਂ ਲੈ ਕੇ 16 ਜੁਲਾਈ ਤੱਕ ਦੇ ਪੇਪਰ ਉਹ ਜਾਰੀ ਰਹਿਣਗੇ ਇਸ ਦਾ ਜੋ ਰਿਜ਼ਲਟ ਆ ਬੱਚੇਓ ਉਹ ਰਿਜ਼ਲਟ 22 ਜੁਲਾਈ ਤੱਕ ਜਿਹੜਾ ਹੈਗਾ ਉਹ ਸਿੱਖਿਆ ਵਿਭਾਗ ਵੱਲੋਂ ਜਾਨਕੀ ਸਿੱਖਿਆ ਵਿਭਾਗ ਨੂੰ ਸਕੂਲਾਂ ਵੱਲੋਂ ਭੇਜਿਆ ਜਾਵੇਗਾ ਤੇ ਇਹਨਾਂ ਦੀ ਜੋ ਮੀਟਿੰਗ ਹੈ ਪੀਟੀਐਮ ਉਹ 26 27 ਜੁਲਾਈ ਦੋ ਦਿਨ ਕਰਵਾਈ ਜਾਏਗੀ ਜਾਨਕੀ 26 ਤੇ 27 ਜੁਲਾਈ ਨੂੰ ਜੋ ਤੁਹਾਡੇ ਪੇਪਰ ਹੋਣਗੇ ਉਹਨਾਂ ਦਾ ਰਿਜ਼ਲਟ ਤੁਹਾਨੂੰ ਪੀਟੀਐਮ ਦੇ ਦੁਆਰਾ ਜਾਂ ਕੇ ਪੇਰੈਂਟ ਟੀਚਰ ਮੀਟਿੰਗ ਦੇ ਦੁਆਰਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਤਾਂ ਹੁਣ ਬੱਚਿਓ ਆਪਾਂ ਦੇਖਦੇ ਹਾਂ ਵੀ ਇਸ ਦਾ ਸਿਲੇਬਸ ਕੀ ਹੈ ਤੇ ਇਹ ਪੇਪਰ ਕਿਸ ਤਰ੍ਹਾਂ ਹੋਣਗੇ ਬੱਚਿਓ ਇਹ ਤਾਂ ਸਾਨੂੰ ਪਤਾ ਲੱਗ ਗਿਆ ਹੈ ਕਿ ਜੋ ਸਾਡੇ ਪੇਪਰ ਆਹ ਹੋ ਆਨਲਾਈਨ ਹੋਣਗੇ ਇਹਨਾਂ ਵਿੱਚ 6ਵੀਂ ਤੋਂ 10ਵੀਂ ਜਮਾਤਾਂ ਲਈ ਇਸ ਪ੍ਰੀਖਿਆ ਵਿੱਚ ਜੋ ਸਲਿਪਸ ਹੋਵੇਗਾ ਉਹ 22 ਮੰਥਲੀ ਡਿਸਟ੍ਰਿਬਿਊਸ਼ਨ ਮੁਤਾਬਕ ਅਪ੍ਰੈਲ ਅਤੇ ਮਈ 2021 ਦਾ ਹੋਵੇਗਾ ਤਾਂ ਬੱਚੇ ਜੋ ਤੁਹਾਡਾ ਵਿਸ਼ਾ ਹੈ ਕੋਈ ਵਿਸ਼ਾ ਹੈ ਮੈਥ ਹੈ ਸਾਇੰਸ ਹੈ ਇੰਗਲਿਸ਼ ਹੈ ਪੰਜਾਬੀ ਹਿੰਦੀ ਹੈ ਉਹਦਾ ਜੋ ਤੁਹਾਡਾ ਅਪ੍ਰੈਲ ਦੇ ਮਈ ਦੇ ਵਿੱਚ ਸਿਲੇਬਸ ਸੀਗਾ ਉਸ ਸਿਲੇਬਸ ਦੇ ਕਾਲੋਂ ਜਿਹੜਾ ਪੇਪਰ ਇਹ ਹੋਵੇਗਾ ਤੇ ਪੇਪਰ ਬੱਚੇ ਹੋਏ ਆਨਲਾਈਨ ਹੀ ਹੋਵੇਗਾ ਇਸ ਪ੍ਰਸ਼ਨ ਦੇ ਵਿੱਚ ਕੁੱਲ ਕਿੰਨੇ ਪ੍ਰਸ਼ਨ ਹੋਣਗੇ ਜਾਨਕਿ ਜੋ ਤੁਹਾਡਾ ਫਾਈਨਲ ਪੇਪਰ ਹੋਣਾ ਹੈ ਉਹਦੇ 50% ਹੋਣਗੇ ਮੰਨ ਲਓ ਤੁਹਾਨੂੰ ਜਿਹੜਾ ਪੱਕਾ ਪੇਪਰ ਆਇਆ ਉਹ 80 ਨੰਬਰ ਦਾ ਹੋਣਾ ਹੈ ਤਾਂ ਇਹ ਪੇਪਰ ਕਿੰਨਾ ਦਾ ਹੋਵੇਗਾ 40 ਅੰਕ ਦਾ ਜੇ ਉਸ ਵਿੱਚ 20 ਪ੍ਰਸ਼ਨ ਆਉਣੇ ਹਨ ਤਾਂ ਇਸ ਦੇ ਵਿੱਚ 10 ਪ੍ਰਸ਼ਨ ਆਉਣਗੇ ਯਾਨੀ ਕਿ ਸਾਲਾਨਾ ਪੇਪਰ ਦਾ 50% ਜਿਹੜਾ ਪੇਪਰ ਹੈ ਹੋਵੇਗਾ ਯਾਨੀ ਕਿ ਉਸ ਤੋਂ ਅੱਧੇ ਪ੍ਰਸ਼ਨ ਆਉਣਗੇ ਲੇਕਿਨ ਜੋ ਸਿਲੇਬਸ ਆ ਅਪ੍ਰੈਲ ਤੇ ਮਈ ਮਹੀਨੇ ਦਾ ਹੋਵੇਗਾ ਤਾਂ ਤੁਸੀਂ ਆਪਣੇ ਇਸ ਪੇਪਰ ਦੇ ਪੇਪਰ ਹਰ ਵਿਸ਼ੇ ਦਾ ਕਿਸ ਪ੍ਰਕਾਰ ਹੋਵੇਗਾ ਆਪਣੇ ਜਿਹੜੇ ਸਕੂਲ ਦੇ ਅਧਿਆਪਕ ਹਨ ਪਾੜੇ ਬਿਸ਼ਾ ਦੇ ਆਫਕਨ ਉਹਦੇ ਨਾਲ ਸੰਪਰਕ ਕਰਕੇ ਪਤਾ ਕਰ ਸਕਦੇ ਹਾਂ ਤਾਂ ਬੱਚਿਓ ਇਹਦੇ ਵਿੱਚ ਜੋ ਪੇਪਰ ਤੁਹਾਡਾ ਆਨਲਾਈਨ ਹੋਵੇਗਾ ਤਾਂ ਤੁਹਾਨੂੰ ਆਪਣੀ ਜਿਹੜੀ ਸਟੂਡੈਂਟ ਆਈਡੀ ਆ ਉਹ ਭਰਨੀ ਜ਼ਰੂਰੀ ਹੋਵੇਗੀ ਕਿਉਂਕਿ ਕਈ ਵਿਦਿਆਰਥੀ ਜਿਹੜੀ ਸਟੂਡੈਂਟ ਆਈਡੀ ਆ ਉਹ ਗਲਤ ਭਰ ਦਿੰਦੇ ਹਨ ਜਿਸ ਕਰਕੇ ਜਿਹੜਾ ਤੁਹਾਡਾ ਉਹ ਐਬਸੈਂਟਡਾ ਉਹ ਸ਼ੋ ਹੋ ਜਾਂਦਾ ਹੈ ਤਾਂ ਇਸ ਤੋਂ ਬਾਅਦ ਇਸ ਸੰਬੰਧੀ ਜੋ ਲਿੰਕ ਆਗੇ ਉਹ ਜਿਹੜਾ ਪੱਦਰ ਤੇ ਇੱਕ ਦਿਨ ਪਹਿਲਾਂ ਆ ਜਾਣਗੇ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਤੁਹਾਡੇ ਸਕੂਲ ਦੇ ਗਰੁੱਪ ਆ ਉਹਨਾਂ ਵਿੱਚ ਤੁਹਾਨੂੰ ਜਿਹੜੇ ਇਹਨਾਂ ਦੇ ਬੱਚੇ ਲਿੰਕ ਆ ਉਹ ਪ੍ਰਾਪਤ ਹੋ ਜਾਣਗੇ ਠੀਕ ਹੈ ਬੱਚਿਓ ਪੇਪਰ ਵਾਲੇ ਦਿਨ ਤੁਹਾਨੂੰ ਕੋਈ ਵੀ ਅਸਾਈਨਮੈਂਟ ਹੋਰ ਨਹੀਂ ਭੇਜੀ ਜਾਵੇਗੀ ਠੀਕ ਹੈ ਤੁਸੀਂ ਆਪਣੀ ਕਰੇ ਜਿਹੜੀ ਪੇਪਰ ਦੀ ਤਿਆਰੀ ਹੈ ਉਹ ਚੰਗੀ ਤਰ੍ਹਾਂ ਕਰਨੀ ਹੋਵੇਗੀ ਜਿਹੜੇ 22 ਮੰਥਲੀ ਇਗਜ਼ਾਮ ਆ ਹੋਰ ਕੋਈ ਵੱਖਰੇ ਤੌਰ ਤੇ ਨਹੀਂ ਹੋਣਗੇ ਸਿਰਫ ਇਹਨਾਂ ਨੂੰ ਹੀ ਜਿਹੜਾ 22 ਮੰਥਲੀ ਦੇ ਪੇਪਰ ਆ ਉਹ ਮੰਨਿਆ ਜਾਵੇਗਾ ਇਸ ਪ੍ਰੀਖਿਆ ਦੇ ਆਧਾਰ ਤੇ ਤੁਹਾਡੇ ਜੋ ਇੰਟਰਨਲ ਅਸੈਸਮੈਂਟ ਆ ਜਾਂ ਸੀਸੀ ਹੈ ਉਹਦੇ ਜਿਹੜੇ ਅੰਕ ਆਗੇ ਉਹ ਮੰਨੇ ਜਾਣਗੇ ਇਸ ਕਰਕੇ ਬੱਚਿਓ ਤੁਹਾਨੂੰ ਜਿਹੜੇ ਆਪਣੇ ਇਹਨਾਂ ਪੇਪਰਾਂ ਦੀ ਤਿਆਰੀ ਆ ਉਹ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਤੇ ਵਧੀਆ ਪੇਪਰ ਕਰਨੇ ਚਾਹੀਦੇ ਹਨ ਤਾਂ ਜੋ ਤੁਹਾਡੇ ਲਈ ਚੰਗੇ ਅੰਕ ਪ੍ਰਾਪਤ ਹੋ ਜਾਣ ਤਾਂ ਅੱਗੇ ਜਾ ਕੇ ਤੁਹਾਨੂੰ ਸਰਾਨਾ ਪੇਪਰ ਦੇ ਵਿੱਚ ਤੁਹਾਡੀ ਜੋ ਸੀਸੀ ਜਾਂ ਡਾਨਲ ਅਸੈਸਮੈਂਟ ਲਗਣੀ ਆ ਉਹ ਵਧੀਆ ਬਣ ਸਕੇ ਕੋ ਫਿਜੀਕਲ ਐਜੂਕੇਸ਼ਨ ਹੈ ਹੈਨਸ ਕਿਊ ਐਫ ਜਾਂ ਡ੍ਰੈਂਗ ਦੇ ਪੇਪਰ ਆਗੇ ਉਹ ਸਿੱਖਿਆ ਭਾਗ ਵੱਲੋਂ ਨਹੀਂ ਭੇਜੇ ਜਾਣਗੇ ਉਹ ਪ੍ਰਸ਼ਨ ਪੱਤਰ ਜੋ ਪ੍ਰਸ਼ਨ ਪੱਤਰ ਆਗੇ ਸਕੂਲ ਪੱਧਰ ਦੇ ਤੁਹਾਡੇ ਵਿਸ਼ਾ ਅਧਿਆਪਕ ਵੱਲੋਂ ਜੋ ਤਿਆਰ ਕੀਤੇ ਜਾਣਗੇ ਤਾਂ ਇਸ ਤਰ੍ਹਾਂ ਬੱਚਿਓ ਤੁਸੀਂ ਆਪਣੇ ਜਿਹੜੇ ਪੇਪਰਾਂ ਦੀ ਇਹੋ ਚੰਗੀ ਤਰ੍ਹਾਂ ਤਿਆਰੀ ਕਰਨੀ ਹੈ ਤਾਂ ਜੋ ਤੁਹਾਡੇ ਜਿਹੜੇ ਅੰਕ ਆਹ ਵਧੀਆ ਆ ਸਕਣ ਤਾਂ ਇਸ ਦੀ ਤਿਆਰੀ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦੇਣੀ ਹੈ ਤੁਹਾਨੂੰ ਡੇਟ ਸ਼ੀਟ ਮੈਂ ਇੱਕ ਵਾਰੀ ਫਿਰ ਸਕਰੀਨ ਤੇ ਦਿਖਾ ਦੇਣਾ ਹੈ ਤਾਂ ਜੋ ਤੁਸੀਂ ਸਨੂੰ ਨੋਟ ਕਰ ਸਕੋ ਤਾਂ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਾਂ ਸਕਰੀਨ ਸ਼ਾਟ ਲੈ ਕੇ ਵੀ ਜਿਹੜੀ ਇਹ ਡੇਟ ਸ਼ੀਟ ਆਪਣੀ ਕਾਪੀ ਤੇ ਨੋਟ ਕਰਕੇ ਇਸ ਦੇ ਅਨਸਾਰ ਜਿਹੜੀ ਆਪਣੀ ਕੈਰੀਅਰ ਹੁਣ ਤੋਂ ਤੁਸੀਂ ਸ਼ੁਰੂ ਕਰ ਦੇਵੋ ਤਾਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੇਕਰ ਕਿਸੇ ਬੱਚੇ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਤੇ ਇਸ ਵੀਡੀਓ ਨੂੰ ਆਪਣੇ ਦੂਜੇ ਵਿਦਿਆਰਥੀਆਂ ਨਾਲ ਸਾਥੀਆਂ ਨਾਲ ਜਰੂਰ ਸ਼ੇਅਰ ਕਰੇ